ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਭਗਵੰਤ ਮਾਨ ਜੀ ਨੇ 10 ਹੋਰ ਐਲਾਨ ਕੀਤੇ ਨੇ ਜੀ ਕੀ ਕੀ ਐਲਾਨ ਨੇ ਜੀ ਸਾਰੇ ਬਾਰੇ ਡਿਟੇਲ ਚ ਗੱਲ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਵੀ ਜਿਹੜੇ ਆਪਣੇ ਭਗਵੰਤ ਮਾਨ ਜੀ ਇਹ 17ਵੇਂ ਮੁੱਖ ਮੰਤਰੀ ਬਣੇ ਨੇ ਜੀ ਆਪਣੇ ਪੰਜਾਬ ਦੇ ਵਿੱਚ ਤੇ ਹੁਣ ਜਿਹੜੇ ਇਹਨਾਂ ਦੇ ਐਲਾਨ ਕੀਤੇ ਨੇ ਉਹਨਾਂ ਬਾਰੇ ਗੱਲ ਕਰਦੇ ਆਂ ਜੀ ਭਗਵੰਤ ਮਾਨ ਜੀ ਨੇ ਕਿਹਾ ਜੀ ਵੀ ਜਿਹੜੇ ਜਿਹੜੇ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਨਾ ਵੀ ਉਹ ਤੋਂ ਦੁੱਗਣਾ ਕਰਕੇ ਇਹ ਪਿਆਰ ਮੋੜੂੰਗਾ ਜੀ ਪਹਿਲੀ ਤਾਂ ਗੱਲ ਇਹ ਹੈ ਜੀ ਨੈਕਸਟ ਹੈ ਜੀ ਕਹਿੰਦੇ ਕ੍ਰਾਂਤੀਕਾਰੀ ਭਗਤ ਸਿੰਘ ਦੇ ਛ ਉਹਨਾਂ ਨੂੰ ਸਰਕਾਰ ਮਤਲਬ ਉਹਨਾਂ ਨੂੰ ਪੂਰੇ ਮਤਲਬ ਸਰਕਾਰ ਕਰ ਦੇਣਗੇ ਜੀ ਇਹ ਤੇ ਨੈਕਸਟ ਕੀ ਹੈ ਕਹਿੰਦੇ ਪੰਜਾਬ ਦੇ ਸਕੂਲਾਂ ਤੇ ਹਸਪਤਾਲਾਂ ਨੂੰ ਐਹੋ ਜਿਹਾ ਬਣਾਉਣਗੇ ਜੋ ਬਾਹਰ ਤੋਂ ਵੀ ਲੋਕ ਇਹਨਾਂ ਨੂੰ ਦੇਖਣ ਆਇਆ ਕਰਨਗੇ ਜੀ ਸੈਲਫੀਆਂ ਲੈਣ ਵਾਸਤੇ ਤੇ ਨੈਕਸਟ ਕਹਿੰਦੇ ਹਮਾ ਕਹਿੰਦੇ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਲੋਕਾਂ ਦੀ ਹੈ ਜਿਹੜੇ ਜਿਹੜੇ ਸਾਨੂੰ ਵੋਟ ਨਹੀਂ ਵੀ ਦਿੱਤਾ ਸਾਰਿਆਂ ਦੀ ਸਰਕਾਰ ਹੈ ਤੇ ਉਸ ਤੋਂ ਬਾਅਦ ਕਿਹਾ ਇਹਨਾਂ ਨੇ ਕਹਿੰਦੇ ਆਪ ਦੇ ਕਾਰਕਿਰਤਾ ਔਰ ਨੇਤਾਵਾਂ ਕੋ ਕਹਾ ਮਤਲਬ ਹੰਕਾਰ ਨਹੀਂ ਕਰਨਾ ਇਹਨਾਂ ਨੇ ਕਿਹਾ ਜੀ ਆਪਣੇ ਆਪਣੇ ਨੇਤਾਵਾਂ ਨੂੰ ਜਿਹੜੇ ਕੰਨਵੇਂ ਹੋਰ ਨੇ ਜੀ ਠੀਕ ਹੈ ਜੀ 92 ਸ਼ੀਟਾਂ ਨਾਲ ਜਿੱਤੇ ਨੇ ਜੀ ਇਹ 99 ਜਿਹੜੇ ਇਹਨਾਂ ਦੇ ਨਾਲ ਨੇ ਉਹਨਾਂ ਨੂੰ ਵੀ ਕਿਹਾ ਤੇ ਉਸ ਤੋਂ ਬਾਅਦ ਕਿਹਾ ਇਹਨੇ ਬੇਰੋਜ਼ਗਾਰੀ ਤੇ ਭ੍ਰਿਸ਼ਟਾਚਾਰ ਨੂੰ ਦੂਰ ਕਰਨਗੇ ਠੀਕ ਹੈ ਜਿੰਨੀ ਵੀ ਬੇਰੋਜ਼ਗਾਰੀ ਹੈ ਤੇ ਸਿੱਖਿਆ ਨੂੰ ਹੋਰ ਵਧਾਉਣਗੇ ਜੀ ਨੈਕਸਟ ਹੈ ਸੋਸ਼ਲ ਮੀਡੀਆ ਤੇ ਕਿਸੇ ਵੀ ਮਤਲਬ ਸਾਥ ਨਹੀਂ ਦੇਣਾ ਠੀਕ ਹੈ ਮਤਲਬ ਕਿ ਉਹੀ ਗਾ ਨਹੀਂ ਪਾਉਣਾ ਦੂਏ ਨੂੰ ਗਲਤ ਨਹੀਂ ਕਹਿਣਾ ਤੇ ਜਿਹੜੇ ਜਿਹੜੇ ਆਪਣੇ ਇਹ ਕਹਿ ਰਹੇ ਨੇ ਕਹਿੰਦੇ ਹਮਾਰੇ ਹਮਨੇ ਹਮੇ ਆਪਣੇ ਦਿਲੋਂ ਵਿੱਚ ਜਗ੍ਹਾ ਦੀ ਔਰ ਹਮੇ ਯਹਾਂ ਰਹਿਕਰ ਆਪਣਾ ਦੇਸ਼ ਠੀਕ ਕਰਨਾ ਹੈ ਮਤਲਬ ਇਹ ਹੈ ਆਪਣਾ ਦੇਸ਼ ਸ਼ੂਰੀ ਰਹਿ ਕੀ ਕਰਨਗੇ ਇਹਨਾਂ ਨੇ ਪਹਿਲੀ ਕਹਿ ਦਿੱਤਾ ਦੀ ਵੀ ਕਹਿੰਦੇ ਅਸੀਂ ਪਿੰਡਾਂ ਦੇ ਵਿੱਚ ਰਹਿਣਾ ਸ਼ਹਿਰਾਂ ਦੇ ਵਿੱਚ ਨਹੀਂ ਰਹਿਣਾ ਠੀਕ ਹੈ ਤੇ ਉਸ ਤੋਂ ਬਾਅਦ ਅਗਲਾ ਕੀ ਕਹਿੰਦਾ ਵਕਤ ਬਹੁਤ ਵੱਡੀ ਚੀਜ਼ ਹੈ ਹੰਕਾਰ ਨਹੀਂ ਕਰਨਾ ਇਹਨਾਂ ਨੇ ਮੇਨ ਸ਼ਬਦਾਂ ਤੇ ਇਹੀ ਜ਼ੋਰ ਦਿੱਤਾ ਹੈ ਵੀ ਹੰਕਾਰ ਨਹੀਂ ਕਰਨਾ ਕਿਸੇ ਵੀ ਵੱਡੀ ਪਦਵੀ ਤੇ ਤੇ ਉਸ ਤੋਂ ਬਾਅਦ ਕੇਜਰੀਵਾਲ ਦਾ ਧੰਨਵਾਦ ਵੀ ਕੀਤਾ ਇਹਨਾਂ ਨੇ ਤੇ ਉਹਨਾਂ ਨੇ ਅੱਗੇ ਹੋਰ ਵੀ ਇਹਨਾਂ ਦਾ ਧੰਨਵਾਦ ਕੀਤਾ ਕਿ ਇਹ ਹੈ ਜੀ ਰਾਜਨੀਤਿਕ ਪਾਰਟੀ ਬਣਾਈਆਂ ਇਹਨਾਂ ਨੇ ਜੋ ਗਾਂਹਾਂ ਜਾ ਕੇ ਹੁਣ ਵੀ ਆਪਣਾ ਸੁਧਾਰ ਕਰਨਗੇ ਜੀ ਆਪਣੇ ਪੰਜਾਬ ਦਾ ਤੇ ਸਾਨੂੰ ਉਮੀਦ ਹੈ ਬਹੁਤ ਵਧੀਆ ਤਰੀਕੇ ਨਾਲ ਇਹ ਸੁਧਾਰ ਕਰਨਗੇ ਠੀਕ ਹੈ ਬਾਕੀ ਤੁਹਾਨੂੰ ਕੀ ਲੱਗਦਾ ਜਰੂਰ ਸਾਨੂੰ ਕਮੈਂਟ ਕਰਕੇ ਆਪਣੀ رائے ਜਰੂਰ ਦੱਸਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਆਪਣੇ ਚੈਨਲ ਨੂੰ